ਸਾਡੇ ਡਿੰਡਾ ਤੋਂ ਡਾਬਾ ਵਾਲੀ ਰੋਡ ਅਤੇ ਰਿਫਾਇਨਰੀ ਰੋਡ ਰੋਡ 'ਤੇ ਅਤੇ ਸਾਨੂੰ ਇਹ ਇਤਲਾਹ ਸੀ ਕਿ ਇੱਕ ਗਰੋਹ ਜਿਹੜਾ ਕਿ ਕੋਈ ਰਾਹ ਜਾਂਦਿਆਂ ਨੂੰ ਜਾਂ ਟਰੱਕਾਂ ਵਾਲਿਆਂ ਨੂੰ ਉਹ ਘੇਰ ਕੇ ਉਹਨਾਂ ਤੋਂ ਲੈਫਟ ਲੈਣ ਦੇ ਬਹਾਨੇ ਜਾਂ ਟਰੱਕ ਅੱਗੇ ਲਗਾ ਕੇ ਘੇਰ ਕੇ ਉਹਨਾਂ ਦੀ ਲੁੱਟ ਖੋਹ ਕਰਦੇ ਆ। ਅਤੇ ਇਸੇ ਆਧਾਰ 'ਤੇ ਅਤੇ ਸਾਡੇ ਮਾਣਯੋਗ ADGP ਸਾਹਿਬ ਬਠਿੰਡਾ ਅਤੇ ਸਾਡੇ SSP ਸਾਹਿਬ ਬਠਿੰਡਾ ਨੇ ਇਸ ਗਰੋਹ ਨੂੰ ਕਾਬੂ ਕਰਨ ਦੇ ਲਈ ਇੱਕ ਸਾਨੂੰ ਸਖਤ ਹਦਾਇਤਾਂ ਕੀਤੀਆਂ ਸੀ। ਅਤੇ ਇਸੇ ਦੌਰਾਨ ਹੀ ਕੱਲ੍ਹ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਭਈ ਇੱਕ ਨਵਦੀਪ ਸਿੰਘ ਜਿਹੜਾ ਪਿੰਡ ਜਨੌਦ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਅਤੇ ਜਗਸ਼ੀਰ ਸਿੰਘ ਬੀੜ ਤਲਾਬ ਦਾ ਰਹਿਣ ਵਾਲਾ ਅਤੇ ਧਰਮਿੰਦਰ ਸਿੰਘ ਬਠਿੰਡੇ ਦਾ ਰਹਿਣ ਵਾਲਾ ਅਤੇ ਜਿਹੜਾ ਇਹ ਸਾਡੇ ਇਲਾਕੇ ਦੇ ਵਿੱਚ ਇਸ ਜਗ੍ਹਾ 'ਤੇ ਇਹ ਇੱਕ ਗਰੋਹ ਬਣਾ ਕੇ ਇਹ ਟਰੱਕਾਂ ਵਾਲਿਆਂ ਦੀ ਲੁੱਟ ਖੋਹ ਕਰ ਰਹੇ ਆ। ਅਤੇ ਜਿਸ 'ਤੇ ਅਸੀਂ ਇੱਕ ਮੁਕੱਦਮਾ ਨੰਬਰ 67 ਅੰਡਰ ਸੈਕਸ਼ਨ 309 ਅਤੇ 35B NS ਦੇ ਅਧੀਨ ਅਸੀਂ ਇਹ ਦਰਜ ਕੀਤਾ ਸੀਗਾ। ਅਤੇ ਇਸੇ ਦੌਰਾਨ ਹੀ ਇਸ ਗਰੋਹ ਨੇ ਇੱਕ ਗੁਰਵਿੰਦਰ ਸਿੰਘ ਵਾਸੀ ਤਰਨ ਤਾਰਨ ਜਿਹੜਾ ਕਿ ਰਿਫਾਇਨਰੀ ਤੋਂ ਆਪਣਾ ਟਰੱਕ ਲੈ ਕੇ ਵਾਪਸ ਜਾ ਰਿਹਾ ਸੀ ਅਤੇ ਲੈਫਟ ਲੈਣ ਦੇ ਬਹਾਨੇ ਉਸ ਦੇ ਟਰੱਕ ਨੂੰ ਰੋਕ ਕੇ ਇਹ ਤਿੰਨੇ ਵਿਅਕਤੀ ਉਹਦੇ ਟਰੱਕ ਦੇ ਵਿੱਚ ਚੜ੍ਹ ਗਏ ਅਤੇ ਇਹਨਾਂ ਕੋਲ ਤੇਜ਼ ਧਾਰ ਹਥਿਆਰਾਂ ਦੇ ਨਾਲ ਉਹਦੀ ਕੁੱਟਮਾਰ ਕਰਕੇ ਉਹਦੀਆਂ ਬਾਹਾਂ ਬੰਨ੍ਹ ਕੇ ਉਦੋਂ ਇਹਨਾਂ ਨੇ ਬਟੂਏ ਦੇ ਵਿੱਚੋਂ 1500 ਰੁਪਈਏ ਦੀ ਨਕਦੀ ਅਤੇ ਉਹਦਾ ATM ਕਾਰਡ ਅਤੇ ਬਾਕੀ ਜਿਹੜੇ ਉਹਦਾ ਮੋਬਾਈਲ ਫੋਨ ਸੀ ਅਤੇ ਹੋਰ ਇਹ ਜਿਹੜਾ ਸਮਾਨ ਸੀਗਾ ਉਹਦਾ ਇਹਨਾਂ ਨੇ ਖੋਹ ਲਿਆ ਸੀ। ਅਤੇ ਫਿਰ ਸਾਡੇ ਮਾਣਯੋਗ SSP ਸਾਹਿਬ ਦੀਆਂ ਦਿਸ਼ਾ ਨਿਰਦੇਸ਼ ਅਤੇ ਹਦਾਇਤਾਂ 'ਤੇ ਕੰਮ ਕਰਦਿਆਂ ਹੋਇਆਂ SHO ਸੰਗਤ ਅਤੇ ਚੌਂਕੀ ਇੰਚਾਰਜ ਪਥਰਾਲਾ ਨੇ ਇਸ ਗਰੋਹ ਦੇ 3 ਵਿਅਕਤੀ ਜਿਨ੍ਹਾਂ ਦੇ ਵਿੱਚੋਂ ਨਵਦੀਪ ਸਿੰਘ ਅਤੇ ਜਗਸ਼ੀਰ ਸਿੰਘ ਅਤੇ ਧਰਮਿੰਦਰ ਸਿੰਘ ਨੂੰ ਕਾਬੂ ਕੀਤਾ ਸੀ। ਅਤੇ ਇਹਨਾਂ ਦੇ ਕੋਲੋਂ ਅਸੀਂ ਇਹ ਜਿਹੜਾ ਉਸ ਲੁੱਟਿਆ ਜਿਹੜਾ ਸਮਾਨ ਸੀਗਾ ਇਹ ਅਸੀਂ ਉਹਨਾਂ ਤੋਂ ਬਰਾਮਦ ਕਰ ਲਿਆ ਸੀ। ਅਤੇ ਇਸੇ ਤਰ੍ਹਾਂ ਹੀ ਜਦੋਂ ਇਹ ਦੋਸ਼ੀ ਨੂੰ ਅਸੀਂ ਕਾਬੂ ਕਰ ਰਹੇ ਸੀ ਤਾਂ ਇਹਨਾਂ ਦੇ ਵਿੱਚੋਂ ਇੱਕ ਦੋਸ਼ੀ ਜਗਸ਼ੀਰ ਸਿੰਘ ਜਿਹੜਾ ਦੌੜਦਾ ਹੋਇਆ ਡਿੱਗ ਪਿਆ ਸੀ, ਜਿਹਦੇ ਗਿੱਟੇ 'ਤੇ ਵੀ ਸੱਟ ਲੱਗੀ ਸੀ। ਇਹ ਜਿਹੜਾ ਦੋਸ਼ੀ ਨਵਦੀਪ ਸਿੰਘ ਆ ਇਹਦੇ 'ਤੇ 3 ਮੁਕੱਦਮੇ ਦਰਜ ਆ, 2 ਐਕਸਾਈਜ਼ ਐਕਟ ਦੇ ਅਤੇ 1 ਇਹਦੇ 'ਤੇ 420 ਦਾ ਮੁਕੱਦਮਾ ਦਰਜ ਆ। ਅਤੇ ਜਿਹੜਾ ਜਗਸ਼ੀਰ ਸਿੰਘ ਆ ਇਹ ਦੋਸ਼ੀ 'ਤੇ 2 NDPS ਐਕਟ ਦੇ ਮੁਕੱਦਮੇ ਅਤੇ 1 ਚੋਰੀ ਅਤੇ ਲੁੱਟ ਖੋਹ ਦਾ ਮੁਕੱਦਮਾ ਇਹ ਦਰਜ ਆ। ਅਤੇ ਬਾਕੀ ਸਾਡੀ ਅੱਜ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਅਤੇ ਰਿਮਾਂਡ ਲੈ ਕੇ ਇਹਨਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਹੋਰ ਇਹਨਾਂ ਦੀਆਂ ਵਾਰਦਾਤਾਂ ਜਿਹੜੀਆਂ ਕੀਤੀਆਂ ਉਹਨਾਂ ਬਾਰੇ ਸੁਰਾਗ ਲਗਾਵਾਂਗੇ। ਬਾਕੀ ਇਹਨਾਂ ਤੋਂ ਅਸੀਂ ਰਿਮਾਂਡ ਲੈ ਕੇ ਅਸੀਂ ਡੂੰਘਾਈ ਦੇ ਵਿੱਚ ਇਹ ਪੁੱਛਗਿੱਛ ਕਰਾਂਗੇ। ਅਤੇ ਇਹ ਜਿਹੜਾ ਮੇਨ ਜਿਹੜਾ ਬਠਿੰਡੇ ਤੋਂ ਡੱਬਾ ਵਾਲੀ ਰੋਡ ਆ ਜਾਂ ਰਿਫਾਇਨਰੀ ਰੋਡ ਆ ਇਹ ਕਾਫੀ ਲੰਬਾ ਰੋਡ ਆ
ਅਤੇ ਕਿਉਂਕਿ ਨਵੀਂ ਹਾਈਵੇ ਬਣੀ ਆ, ਅਤੇ ਬਾਕੀ ਇੱਥੇ ਟਰੱਕਾਂ ਦੀ ਜਿਹੜੀ ਹੈਗੀ ਆ ਰਿਫਾਇਨਰੀ ਕਰਕੇ ਟਰੱਕਾਂ ਦੀ ਆਮ ਰਫਤ ਇਹ ਵੀ ਕਾਫੀ ਭਾਰੀ ਗਿਣਤੀ ਦੇ ਵਿੱਚ ਵਹੀਕਲਾਂ ਦਾ ਨਿੰਗਦੇ ਹੋਣ ਕਰਕੇ। ਤੋਂ ਇਲਾਵਾ ਇਹਨਾਂ ਨੇ ਕੋਈ ਕਾਰਾਂ ਵਾਲੇ ਲੁੱਟੇ ਹੋਣ ਜਾਂ ਕੋਈ ਛੋਟੇ ਵਹੀਕਲਾਂ ਵਾਲੇ ਲੁੱਟੇ ਹੋਣ, ਅੱਜ ਤੱਕ ਕੋਈ ਸਾਹਮਣੇ ਆਇਆ? ਇਹ ਅਸੀਂ ਜਦੋਂ ਹੁਣ ਦਰਾਨੇ ਤਫਤੀਸ਼ ਡੰਘਾਈ ਨਾਲ ਇਹਨਾਂ ਤੋਂ ਪੁੱਛਗਿੱਛ ਕਰਕੇ ਜੋ ਵੀ ਇਹਨਾਂ ਦੀਆਂ ਹੋਰ ਵਾਰਦਾਤਾਂ ਕੀਤੀਆਂ ਹੋਣਗੀਆਂ ਉਹਦਾ ਵੀ ਸੁਰਾਗ ਲਗਾਵਾਂਗੇ। ਕਿਉਂਕਿ ਉੱਥੇ ਲੋਕਾਂ ਨੇ ਜਿਹੜੇ ਮੌਕੇ ਦੇ ਉੱਪਰ ਸੀਗੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਜੇ ਇਹ ਨੈਸ਼ਨਲ ਹਾਈਵੇ ਔਰ ਨੈਸ਼ਨਲ ਹਾਈਵੇ ਵੀ ਇਹ ਜਿਹੜੀ ਆ ਬੜੀ ਵੱਡੀ ਹਾਈਵੇ ਬਣ ਰਹੀ ਹੈ ਤਾਂ ਜੇ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਤਾਂ ਲੋਕ ਕਿਵੇਂ ਲੰਘਣਗੇ ਇਸ ਤੋਂ? ਦੇਖੋ ਸਾਡੇ ਮਾਨਯੋਗ ਏਡੀਜੀਪੀ ਸਾਹਿਬ ਅਤੇ ਮਾਨਯੋਗ ਐਸਐਸਪੀ ਸਾਹਿਬ ਦੀਆਂ ਸਾਨੂੰ ਸਖ਼ਤ ਹਦਾਇਤਾਂ ਬਈ ਜਿਹੜਾ ਇਹ ਬਠਿੰਡਾ ਜ਼ਿਲ੍ਹਾ ਇਹ ਕ੍ਰਾਈਮ ਫਰੀ ਹੋਣਾ ਚਾਹੀਦਾ ਅਤੇ ਸਾਡੀਆਂ ਲਗਾਤਾਰ ਹੀ ਅਸੀਂ ਪੁਲਿਸ ਸੰਪਰਕਾਂ ਅਸੀਂ ਸਾਡੀਆਂ ਗਸਤ ਪਾਰਟੀਆਂ ਅਤੇ ਸਾਡੇ SHO ਸਹਿਬਾਨ ਚੌਂਕੀ ਇੰਚਾਰਜ ਅਸੀਂ ਰਾਉਂਡ ਦਾ ਕਲੋਕ ਹੀ ਸਕਿਉਰਟੀ ਡਿਊਟੀ ਦੇ ਲਈ ਅਸੀਂ ਕਾਰਵਾਈ ਕਰਦੇ ਰਹਿੰਦੇ ਹਾਂ।